ਸਵਾਤੀ ਮਾਲੀਵਾਲ ਦਾ ਨਵਾਂ ਟਵੀਟ, ਆਪ ਲੀਡਰਾਂ ਤੇ ਲਾਏ ਵੱਡੇ ਇਲਜ਼ਾਮ। ਇਸ ਟਵੀਟ ਨਾਲ ਵਧਣਗੀਆਂ ਆਪ ਜਾਂ ਮਾਲੀਵਾਲ ਦੀਆਂ ਮੁਸ਼ਕਲਾਂ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਹੋਈ ਕੁੱਟਮਾਰ ਮਾਮਲੇ 'ਚ ਇੱਕ ਨਵਾਂ ਟਵੀਟ ਸਾਹਮਣੇ ਆਇਆ। MP ਸਵਾਤੀ ਮਾਲੀਵਾਲ ਨੇ ਵੱਡਾ ਦਾਅਵਾ ਕੀਤਾ ਹੈ ਕਿ ਕੱਲ੍ਹ ਉਹਨਾਂ ਨੂੰ ਪਾਰਟੀ ਦੇ ਹੀ ਇੱਕ ਵੱਡੇ ਲੀਡਰ ਦਾ ਫੋਨ ਆਇਆ, ਜਿਸ ਲੀਡਰ ਨੇ ਕਿਹਾ ਹੈ ਕਿ ਸਾਰਿਆਂ 'ਤੇ ਇਸ ਗੱਲ ਦਾ ਬਹੁਤ ਜ਼ਿਆਦਾ ਦਬਾਅ ਹੈ ਕਿ ਕਿਵੇਂ ਸਵਾਤੀ ਮਾਲੀਵਾਲ ਨੂੰ ਤੋੜਨਾ। ਇਸ ਨਾਲ ਹੀ ਜਿਹੜਾ ਸਵਾਤੀ ਮਾਲੀਵਾਲ ਦਾ ਸਾਥ ਦੇਵੇਗਾ ਉਸਨੂੰ ਆਮ ਆਦਮੀ ਪਾਰਟੀ 'ਚੋਂ ਕੱਢ ਦਿੱਤਾ ਜਾਵੇਗਾ। ਸਭ ਤੋਂ ਪਹਿਲਾਂ ਟਵੀਟ 'ਚ ਸਵਾਤੀ ਮਾਲੀਵਾਲ ਨੇ ਕੀ ਲਿਖਿਆ ਉਹ ਦੱਸਦੇ ਹਾਂ। ਸਵਾਤੀ ਮਾਲੀਵਾਲ ਨੇ ਕਿਹਾ, ਕੱਲ੍ਹ ਪਾਰਟੀ ਦੇ ਇੱਕ ਵੱਡੇ ਨੇਤਾ ਦਾ ਫੋਨ ਆਇਆ। ਉਸਨੇ ਦੱਸਿਆ ਕਿਵੇਂ ਸਾਰਿਆਂ 'ਤੇ ਬਹੁਤ ਜ਼ਿਆਦਾ ਦਬਾਅ ਹੈ, ਸਵਾਤੀ ਦੇ ਖਿਲਾਫ ਗੰਦੀਆਂ ਗੱਲਾਂ ਬੋਲਣੀਆਂ ਹਨ, ਉਸਦੀ ਪ੍ਰਾਈਵੇਟ ਵੀਡੀਓ ਲੀਕ ਕਰਕੇ ਉਸਨੂੰ ਤੋੜਨਾ। ਇਹ ਬੋਲਿਆ ਜਾ ਰਿਹਾ ਹੈ ਕਿ ਜਿਹੜਾ ਉਸਦਾ ਸਾਥ ਦੇਵੇਗਾ ਉਸਨੂੰ ਪਾਰਟੀ 'ਚੋਂ ਕੱਢ ਦੇਵਾਂਗੇ। ਕਿਸੇ ਨੂੰ ਪ੍ਰੈਸ ਕਾਨਫਰੰਸ ਕਰਨ ਦੀ ਅਤੇ ਕਿਸੇ ਨੂੰ ਟਵੀਟ ਕਰਨ ਦੀ ਡਿਊਟੀ ਮਿਲੀ ਹੈ। ਕਿਸੇ ਦੀ ਡਿਊਟੀ ਹੈ ਕਿ ਅਮਰੀਕਾ 'ਚ ਬੈਠੇ ਵਲੰਟੀਅਰਸ ਨੂੰ ਫੋਨ ਕਰਕੇ ਮੇਰੇ ਖਿਲਾਫ ਕੁਝ ਕਢਵਾਉਣ। ਆਰੋਪੀਆਂ ਦੇ ਕੁਝ ਕਰੀਬੀ ਬੀਟ ਰਿਪੋਰਟ ਦੀ ਡਿਊਟੀ ਹੈ ਕੁਝ ਫਰਜ਼ੀ ਸਟਿੰਗ ਆਪਰੇਸ਼ਨ ਬਣਾ ਕੇ ਲਿਆਓ। ਪਰ ਜਦੋਂ ਸਵਾਤੀ ਮਾਲੀਵਾਲ ਨੇ ਕੁੱਟਮਾਰ ਦੇ ਇਲਜ਼ਾਮ ਲਗਾਏ ਸੀ ਤਾਂ ਉਸ ਤੋਂ ਬਾਅਦ ਮਾਲੀਵਾਲ ਦੇ ਲਗਾਤਾਰ ਕਈ ਵੀਡੀਓ ਕਲਿੱਪ ਵਾਇਰਲ ਹੋਏ, ਜਿਸ 'ਚੋਂ ਕਦੇ ਕੇਜਰੀਵਾਲ ਦੇ PA ਵਿਭਵ ਕੁਮਾਰ ਨਾਲ ਬਹਿਸ ਕਰਦੇ ਨਜ਼ਰ ਆਏ ਤੇ ਕਦੇ CM ਹਾਊਸ ਦੇ ਅੰਦਰ ਮੌਜੂਦ ਸੁਰੱਖਿਆ ਕਰਮੀ ਉਹਨਾਂ ਨੂੰ ਬਾਹੋਂ ਫੜ ਕੇ ਬਾਹਰ ਕੱਢਦੇ ਨਜ਼ਰ ਆਏ। ਸਿਲਸਿਲਾ ਇੱਥੇ ਖਤਮ ਨਹੀਂ ਹੁੰਦਾ, ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦ ਆਪ ਵਰਸਿਸ ਆਪ ਹੋਇਆ। ਆਪ ਦੀ ਸੀਨੀਅਰ ਆਗੂ ਆਤਿਸ਼ੀ ਨੇ PC ਕਰਕੇ ਮਾਲੀਵਾਲ ਦੇ ਸਾਰੇ ਇਲਜ਼ਾਮਾਂ ਨੂੰ ਝੂਠਾ ਦੱਸਿਆ।